ਬੇਬੇ ਤੂੰ ਤੂੰ ਕੌਣ ਜਵਾਬ ਦੇਣਾ ਨਾ? ਮੈਂ ਜਵਾਬ ਦੇਊਂਗੀ, ਗੱਡੀ ਚਾਬੀ ਨੀ ਮਿਲਣੀ। ਮੈਂ ਤੇ ਇੰਨਾ ਤੇ ਸ਼ਰੀਫ ਤੇ ਮਾਸੂਮ ਆ ਕਿ ਅੱਜ ਤੱਕ ਮੈਂ ਕਿਸੇ ਵੀ ਕੁੜੀ ਤੋਂ ਨੰਬਰ ਨਹੀਂ ਮੰਗਿਆ, ਕਿਉਂਕਿ ਮੈਂ ਆਪਣਾ ਹੀ ਦੇ ਦਿੰਦਾ। ਮੈਂ ਤੂੰ ਕਾ ਤੋਂ ਢਿੱਲਾ ਜਾ ਮੂੰਹ ਲਮਕਾਇਆ ਵਾ। ਮੇਰੀ ਘੜੀ ਗਵਾਚ ਗਈ ਆ। ਕਿੰਨੇ ਦੀ ਸੀਗੀ? 10,000 ਦੀ ਘੜੀ ਸੀ ਯਾਰ। ਮੰਮੀ ਮੇਰੇ 76 ਮਾਰੋ। ਕਿਉਂ? ਮੈਂ 500 ਦੀ ਵੇਚਾਂ। ਉਸਤਾਦ, ਸੈਲਫੀਆਂ ਖਿੱਚ ਖਿੱਚ ਤਾਂ ਹਰੇਕ ਅਪਲੋਡ ਕਰ ਲੈਂਦਾ, ਪਰ ਆਧਾਰ ਕਾਰਡ ਵਾਲੀ ਫੋਟੋ ਦਿਖਾਉਣ ਵਾਸਤੇ ਨਾਟਕਰਨ ਦੇ ਪਿਛਲੇ ਟਾਇਰ ਜਿਹੜਾ ਚਾਹੀਦਾ ਬਾਈ। ਆਧਾਰ ਕਾਰਡ ਮਾੜੇ ਦਿਲ ਵਾਲਾ ਬੰਦਾ ਨਹੀਂ ਦਿਖਾ ਸਕਦਾ ਨਾ। ਨੋ ਨੈਵਰ ਨੋਟ ਨੋਟ। ਤੂੰ ਕੌਣ? ਪਾਪਾ ਕੀ ਪਰੀ? ਤੁਮੇ ਮਾਂ ਕਾ? ਬਾਈ ਤੂੰ ਕਾ ਤੋ ਸੈਡ ਸੈਡ ਬੈਠਾ? ਯਾਰ ਬਾਈ ਮੈਂ ਆਪਣੀ ਸਹੇਲੀ ਨਾਲ ਨਾ ਕੋਰਟ ਮੈਰਿਜ ਕਰਾਉਣੀ ਆ ਯਾਰ। ਅੱਛਾ, ਉਹਦੇ ਘਰਦੇ ਨੀ ਮੰਨਦੇ? ਨਹੀਂ ਨਹੀਂ ਵੀਰੇ, ਉਹਦੇ ਘਰਦੇ ਤਾਂ ਮੰਨਦੇ ਨੀ ਯਾਰ। ਅੱਛਾ, ਤੇਰੇ ਘਰਦੇ ਨੀ ਮੰਨਦੇ? ਨਹੀਂ ਨਹੀਂ ਵੀਰੇ, ਮੇਰੇ ਘਰਦੇ ਹੀ ਮੰਨਦੇ ਨੇ ਯਾਰ, ਉਹਦਾ ਨਾ ਘਰ ਵਾਲਾ ਨੀ ਮੰਨਦਾ ਯਾਰ। ਮੰਮੀ ਵੇਖ ਲਾ, ਜ਼ਿੰਦਗੀ ਬੜੀ ਅਜੀਬ ਆ। ਐਸ ਤੇ ਸਰਵਾਤ, ਐਸ ਤੇ ਸਾਦੀ, ਐਸ ਤੇ ਸੱਸ, ਤੇ ਐਸ ਤੇ ਸਹੁਰਾ, ਐਸ ਤੇ ਸਾਲੀ, ਤੇ ਐਸ ਤੇ ਸਾਲਾ, ਤੇ ਐਸ ਤੇ ਸਮਾਪਤੀ। ਐਸ ਤੇ ਸਲੈਪ। ਓ ਬਾਈ, ਉਹ ਤੇਰੀ ਅੱਖ ਕਾਹਤੇ ਸੁੱਜੀ ਹੋਈ ਆ? ਓ ਯਾਰ ਬਾਈ, ਮੇਰੀ ਸਹੇਲੀ ਦਾ ਕੱਲ ਜਨਮ ਦਿਨ ਸੀਗਾ, ਮੈਂ ਕੇਕ ਲੈ ਕੇ ਗਿਆ ਸੀ ਬਾਈ, ਤੇ ਫਿਰ ਕੇਕ ਨਾਲ ਅੱਖ ਦਾ ਕੀ ਰੋਲ ਆ? ਓ ਯਾਰ ਬਾਈ, ਮੇਰੀ ਸਹੇਲੀ ਦਾ ਨਾਮ ਸੀਗਾ ਤਪੱਸਿਆ, ਕੇਕ ਵਾਲੇ ਲਿਖਤਾ ਸਮੱਸਿਆ। ਵਧਾਇਆ, ਬੜਾ ਬੜਾ ਵਧਾਇਆ ਬਾਈ। ਜੇ ਜ਼ਿੰਦਗੀ ਚ ਧੋਖੇ ਖਾਦੇ ਆ ਨਾ, ਚੌਲ ਵੀ ਖਾ ਕੇ ਦੇਖ ਲੈ। ਚੌਲਾਂ ਨੇ ਕੀ ਮਾੜਾ ਕੀਤਾ ਵੀਰੇ? ਚੌਲ ਵੀ ਖਾ, ਧੋਖੇ ਘਾਟੇ ਖਾਦੇ ਆ। ਚੌਲ ਵੀ ਖਾ, ਛੋਲੇ ਵੀ ਖਾ, ਸਰ ਵੀ ਖਾ, ਮੂੰਗੀ ਖਾਇਆ ਕਰ, ਇਹੋ ਜਿਹੀ ਚੀਜ਼ਾਂ ਖਾਇਆ ਕਰ, ਵਿਆਹਾਂ ਸ਼ਾਦੀਆਂ ਜਾਇਆ ਕਰ, ਲਿਟ ਕੇ ਆਇਆ ਕਰ, ਉੱਥੇ ਕਿਆ ਕਦੇ ਫਟੇ ਦਬਿਆ ਨਾ ਕਰ, ਘਾਟੇ ਧੋਖੇ ਖਾ ਕੇ, ਇਹ ਤਾਂ ਜ਼ਰੂਰੀ ਹੈ ਚੀਜ਼ਾਂ। ਆਹਾ, ਬੜੀ ਗਰਮੀ ਵੀ ਰਹੀ ਆ, ਕਿਤੇ ਕੁਦਰਤ ਦੇ ਰੰਗ ਆ ਜੀ। ਹੋਰ ਵੀਰੇ ਕਿੱਦਾਂ? ਵੀਰੇ ਬੜੀ ਗਰਮੀ ਯਾਰ ਕਰਾਤੀ ਬਸ। ਹੋਰ ਬਾਈ ਕਿੱਦਾਂ? ਬੜੀ ਗਰਮੀ ਕਰਾਤੀ ਮੈਂ ਕਰਾਈ ਆ। ਕਹਿੰਦਾ ਲੈ ਬਈ ਆਪਣੇ ਕੋਲੇ ਮੈਸ ਬਕਿਆਊ ਆ, ਪੰਜਵੇਂ ਸੂਏ ਆ, ਕੱਟਾ ਮਰ ਗਿਆ। ਮੈਂ ਕਿਹਾ ਫੇਰ? ਕੱਟਾ ਮਰ ਗਿਆ। ਕਹਿੰਦਾ 2 ਲੀਟਰ ਦੁੱਧ ਆ, ਜੂੜ ਪਾ ਕੇ ਚੋਣੇ ਆ, ਟੰਬਿਆਂ ਨਾਲ ਚੋਣੇ ਆ, ਕਦੇ ਕਦੇ ਟੀਕਾ ਲਾਉਣਾ ਪੈਂਦਾ। ਮੈਂ ਕਿਹਾ ਮੰਗਦੇ ਕੀ ਹੋ? ਕਹਿੰਦਾ ਕੁੱਲ 1,20,000। ਮੈਂ ਕਿਹਾ ਵਿਕ ਗਈ, ਉਹ ਤਾਂ ਘਰੋਂ ਲੈ ਜਾਣਗੇ ਲੁਕੋ ਲੋ, ਛੋਟੇ ਹਾਥੀ ਦਾ ਕਿਰਾਇਆ ਆਪ ਦੇਣਗੇ ਲੁਕੋ ਲੋ, ਇਹੋ ਜਿਹੀ ਚੀਜ਼ ਕੋਈ ਛੱਡਦਾ ਨਾ। ਕਿ ਸੂਰਜ ਵੀ ਸਿੰਗਲ ਤੇ ਚੰਦ ਵੀ ਸਿੰਗਲ ਤੇ ਮੈਂ ਵੀ ਸਿੰਗਲ, ਇਹਦਾ ਮਤਲਬ ਦੁਨੀਆਂ ਦੀਆਂ ਸਾਰੀ ਕੀਮਤੀ ਚੀਜ਼ਾਂ ਸਿੰਗਲ ਹੀ ਨੇ ਮਿੱਤਰੋ। ਹੁਣ ਤਾਂ ਮੇਰਾ ਵੀ ਦੂਜੀ ਸਹੇਲੀ ਬਣਾਉਣ ਨੂੰ ਮਨ ਕਰਦਾ ਹੈ, ਕਿਉਂਕਿ ਪਹਿਲੀ ਤਾਂ ਬਣ ਨਹੀਂ ਰਹੀ। ਵਟਸਐਪ ਤੇ ਇਹੋ ਜਿਹਾ ਕਿਹੜਾ ਮੈਸੇਜ ਆਉਂਦਾ ਵਾ ਜਿਹਨੂੰ ਵੇਖ ਕੇ ਡਰ ਵੀ ਲੱਗਦਾ, ਗੁੱਸਾ ਵੀ ਆਉਂਦਾ ਤੇ ਗਾਲਾਂ ਕੱਢਣ ਨੂੰ ਵੀ ਦਿਲ ਕਰਦਾ ਕਈਆਂ ਦਾ। ਸਭ ਤੋਂ ਪਹਿਲਾਂ ਮੇਰੀ ਵਾਰੀ ਕਿ ਆਹ ਮੈਸੇਜ ਇੰਨੇ ਚਿਰ 'ਚ ਇੰਨੇ ਜਾਣਿਆਂ ਨੂੰ ਸੈਂਡ ਕਰੋ, ਨਹੀਂ ਤਾਂ ਤੁਹਾਡਾ ਆਹ ਬੁਰਾ ਹੋ ਜੂਗਾ, ਆਹ ਬੁਰਾ ਹੋ ਜੂਗਾ, ਇੱਦਾਂ ਹੋ ਜੂਗਾ।
ਗੁੱਸਾ ਚੜਦਾ ਇਹੋ ਜਿਹੇ ਬੰਦਿਆਂ ਦੇ।